ਤੇ ਨਹੀਂ ਪ੍ਰਿਸਬੇ ਨੇ ਗੁੱਡਾ ਬਣਾਇਆ ਵੈਸੇ ਲੱਗਦਾ ਨਹੀਂ ਪਿਆ ਉੱਡੇਗਾ ਸੋਣੀ ਹੈ ਨਾ ਵੈਸੇ ਗੁੱਡਾ ਹੈ ਕਿ ਗੁੱਡੀ ਹੈ ਓਏ ਹਾਂਜੀ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਪ੍ਰਿੰਸ ਵਲੌਗ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਟਾਈਟਲ ਐਂਡ ਥੰਬਨੇਲ ਤੋਂ ਤੁਸੀਂ ਪਹਿਚਾਨ ਹੀ ਲਿਆ ਹੋਏਗਾ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਝਾੜੂ ਵਾਲੀ ਗੁੱਡੀ ਵੇਖਦੇ ਆ ਕਿੱਦਾਂ ਬਣਦੀ ਹੈ ਹੁਣ ਆਪਾਂ ਬਣਾਵਾਂਗੇ ਝਾੜੂ ਵਾਲੀ ਕਾਈਟ ਝਾੜੂ ਨਾਲ ਕਿੱਦਾਂ ਗੁੱਡੀ ਬਣਦੀ ਹੈ ਹੁਣ ਤੁਹਾਨੂੰ ਦਿਖਾਉਂਦੇ ਆ ਲੈ ਤੂੰ ਮੈਨੂੰ ਝਾੜੂ ਤੇ ਦੇ ਹਾਂ ਆ ਗਿਆ ਆਪਣੇ ਕੋਲ ਝਾੜੂ ਇਹ ਚੋਂ ਆਪਾਂ ਸਿਲੈਕਟਿਡ ਤਿੱਲਾ ਲਵਾਂਗੇ ਵੇਖਦੇ ਆ ਕਿਹੜਾ ਤਿੱਲਾ ਸਾਨੂੰ ਵਧੀਆ ਲੱਗਦਾ ਵਿੱਚੋਂ ਗਾਇਸ ਭਗਵੰਤ ਮਾਨ ਦਾ ਝਾੜੂ ਭਗਵੰਤ ਮਾਨ ਦਾ ਝਾੜੂ ਭੱਲੇ ਮੈਨੂੰ Here we go. Here we go. Here we go. ਬੋਕਰ ਦੇ ਤਿੱਲਿਆਂ ਨਾਲ ਆਪਾਂ ਗੁੱਡੀ ਬਣਾਈ ਹੈ ਹੁਣ ਇਹ ਤੇ ਥੋੜਾ ਡਿਜ਼ਾਈਨ ਜਿਹਾ ਪਾ ਲਈਏ Here we go Here we go ਲਓ ਜੀ ਗਾਇਸ ਗੁੱਡੀ ਬਣ ਚੁੱਕੀ ਹੈ ਸਾਡੀ ਠੀਕ ਹੈ ਨਾ ਕਾਣਾ ਵਧੀਆ ਹਾਂ ਹੁਣ ਆਪਾਂ ਅਸੀਂ ਇਹਨੂੰ ਉਡਾ ਕੇ ਟੈਸਟ ਕਰਾਂਗੇ ਕਿ ਉੜਦੀ ਹੈ ਜਾਂ ਨਹੀਂ ਉੜਦੀ ਚਲੋ ਓਕੇ ਤੇ ਗਾਇਸ ਗੁੱਡੀ ਬਣ ਗਈ ਹੁਣ ਇਹਨੂੰ ਉਡਾ ਕੇ ਦੇਖਾਂਗੇ ਕਿ ਉੜਦੀ ਹੈ ਕਿ ਨਹੀਂ ਉੜਦੀ ਕੀ ਲੱਗਦਾ ਸਿਮਰ ਉੱਡੇਗੀ ਨਹੀਂ ਹਾਂ ਉੱਡੇਗੀ ਤੇ ਇਹਦਾ ਸਟਾਰ ਕਾਈਟ ਬਣਾਈ ਤੇ ਬਣਾਈ ਹੈ ਉੱਡੇਗੀ ਹੋਰ ਕਾਣਾ ਤੇ ਇੰਡੀਆ ਉੱਡੇਗੀ ਹਾਂ ਨੂੰ ਮੇਰੇ ਸਬਸਕ੍ਰਾਈਬਰ ਵਜਾ ਨਾ ਪਿਆ ਓਏ ਹਾਂ ਹਾਂ ਚਲਾਵਾ ਆਪਾਂ ਪਾ ਲੀਏ ਵੇਖਦੇ ਆ ਗਾਇਸ ਹੁਣ ਗੁੱਡਾ ਉੱਡੇਗਾ ਤੇ ਨਹੀਂ ਪ੍ਰਿੰਸਬੇ ਨੇ ਗੁੱਡਾ ਬਣਾਇਆ ਵੈਸੇ ਲੱਗਦਾ ਨਹੀਂ ਪਿਆ ਉੱਡੇਗਾ ਸ਼ਾਬਾਸ਼ ਬੇਟਾ ਆਪਾਂ ਆਪਾਂ ਬਣਾਇਆ ਕਿਹਦੇ ਨਾਲ ਆ ਬੋਕਰ ਨਾਲ ਬੜੀ ਵਰਸੀ ਖੱਟ ਹਵਾ ਤੇ ਘੱਟ ਹੈਗੀ ਏ ਗਾਇਸ ਲੱਗਾ ਨਹੀਂ ਡਿਆ ਨਹੀਂ ਉੱਡੇਗੀ ਜਾ ਹਵਾ ਆਈ ਗੁੱਡਾ ਉੱਡੇਗਾ ਜੀ ਜਾ ਅੰਦਰ ਜਾ ਕੰਨੀ ਦੇ ਹਵਾ ਨਹੀਂ ਚਲੋ ਕੰਨ ਵਜਾ ਰਿਹਾ ਕੰਨੀ ਦੇ ਦੇਖੋ ਬਾਂਦਰ ਆਵਾਂਗੇ ਲੋਕਾਂ ਦੇ ਕੋਠੇ ਤੇ ਬੰਦਾ ਚੱਲ ਚੱਲ ਜਾ ਕਹਿੰਦੇ ਜੀ ਤੀ ਕਹਿੰਦੇ ਦੋਨੋਂ ਆਵਾਜ਼ ਨਹੀਂ ਲੱਗਣ ਦੀ ਹਜੇ ਗੁੱਡਾ ਭਾਰਾ ਵਧੀਆ ਭਾਰਾ ਕਿਹੜਾ ਗੁੱਡਾ ਗੁੱਡੀ ਓ ਸੋਹਣੀ ਹੈ ਨਾ ਵੈਸੇ ਗੁੱਡਾ ਹੈ ਕਿ ਗੁੱਡੀ ਓਏ ਵੇਖ ਲਓ ਸਾਡਾ ਮਿਸ਼ਨ ਸਕਸੈਸਫੁਲ ਹੋ ਗਿਆ ਬੋਕਰ ਨਾਲ ਗੁੱਡੀ ਬਣਾਈਏ ਬੋਕਰ ਤੇ ਤਿੱਲਿਆਂ ਨਾਲ ਕਿਆ ਬਾਤ ਹੈ ਝਾੜੂ ਵਾਲੀ ਗੁੱਡੀ ਉਹ ਉੱਤੇ ਕਰ ਲੈ ਗੁੱਡੀ ਗਈ ਮੇਰੀ ਝਾੜੂ ਵਾਲਾ ਨਹੀਂ ਕਰਾ ਭਗਵੰਤ ਮਾਨ ਦਾ ਝਾੜੂ ਕਿਹੜਾ ਮਾਨ ਕਿਹੜਾ ਝਾੜੂ ਭਗਵੰਤ ਮਾਨ ਦਾ ਅੱਛਾ ਪੂਰਾ ਕੀ ਕਹਿਣਾ ਕੀ ਹੈ ਤੂੰ ਉਹਨੂੰ ਨਹੀਂ ਉਹ ਜਿਹੜਾ ਡਾਇਲੋਗ ਹੈਗਾ ਸੀ ਡਾਇਲੋਗ ਬੋਲੀ ਬਾੜੀ ਵਰਸੀ ਖਟਕਣ ਲਿਆ ਸੀ ਖਟਕਣ ਲਿਆਂਦਾ ਆੜੂ ਜੇ ਨੱਚੇ ਭਗਵੰਤ ਮਾਨ ਝਾੜੂ ਓਏ ਵੋਟਾਂ ਤੁਸੀਂ ਝਾੜੂ ਨਹੀਂ ਪਾਈਆਂ ਮੈਂ ਦੱਸਦਾ ਹਾਂ ਕਾਂਗਰਸ ਨੂੰ ਪਾਈਆ ਲੈ ਬੇਇੱਜ਼ਤੀ ਕਰੀ ਤੇ ਕਾਂਗਰਸ ਜਿੱਤ ਗਈ ਆ ਹਾਰ ਗਈ ਆ ਦੂਜੇ ਨੰਬਰ ਤੇ ਆਈ ਆ ਤੇ ਫੇਰ ਤੇ ਆਈ ਤੇ ਦੂਜੇ ਨੰਬਰ ਤੇ ਨਾ ਅਗਰਾ ਆਂਡਰ ਨੰਬਰ ਤੇ ਆਈ ਹਾਂਜੀ ਗਾਇਸ ਅੱਜ ਦਾ ਵਲੌਗ ਤੁਹਾਨੂੰ ਫਿਰ ਕਿੱਦਾਂ ਲੱਗਿਆ ਵਧੀਆ ਲੱਗਿਆ ਹੋਏ ਤੇ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਕਾਨੇ ਤੈਨੂੰ ਕਿੱਦਾਂ ਮਜ਼ਾ ਆਇਆ ਫਿਰ ਬਹੁਤ ਵਧੀਆ ਮਜ਼ਾ ਪੂਰਾ ਖੁੱਲ ਗਏ
हाँ तो गाइस अगे भी इदा के ब्लॉग देखने वास्ते चैनल नू सबसक्राइब जरूर करो ठीक है। तो नैक्सट वीडियो से मिलते हैं तो चैनल नू सबसक्राइब कर दो लाइक कर दो कमेंट कर दो शेयर कर दो। चलो मिलते हैं आपां नैक्सट ब्लॉग चा।